पंजाब के मालवा पट्टी के कस्बे कोटकपुरा में देहाती पुलिस द्वारा शराब की तस्करी करने वाले एक व्यक्ति को गिरफ्तार करने में बड़ी सफलता हासिल की है, जबकि अन्य चार व्यक्ति पुलिस की गिरफ्त से बाहर हैं। प्राप्त जानकारी अनुसार कोटकपुरा के थाना सदर की प्रभारी जगनदीप कौर द्वारा गुप्त सूचना के आधार पर स्थानीय रेलवे फाटक के पास पीछा करते हुए महिंद्रा पिकअप गाड़ी को रोका गया, जिसमें तलाशी के दौरान 385 पेटी अवैध शराब बरामद की गई, जिसको पुलिस द्वारा कब्जे में लेने के बाद आरोपी को गिरफ्तार करते हुए अदालत से रिमांड हासिल करके पूछताछ की जा रही है, जिससे और भी बड़े खुलासे होने की उम्मीद है। कोटकपुरा से रोहित आजाद, जनसभा टीवी। ਸਾਨੂੰ ਇੱਕ ਮੁਖਬਰ ਵੱਲੋਂ ਮੁਖਬਰੀ ਹੋਈ ਸੀਗੀ ਕਿ ਇੱਕ ਗੱਡੀ ਦੇ ਵਿੱਚ ਜੈ ਸ਼ਰਾਬ ਮਾਲਕਾ ਚੰਡੀਗੜ੍ਹ ਜਾ ਰਹੀ ਹੈ, ਜਿੱਥੇ ਅਸੀਂ ਰੇਡ ਕੀਤਾ ਤਾਂ ਸਾਨੂੰ 285 ਪੇਟੀਆਂ ਰਿਕਵਰ ਹੋਈਆਂ, ਜਿਸ ਦੇ ਸੰਬੰਧ ਵਿੱਚ ਅਸੀਂ ਮੁਕਦਮਾ ਦਰਜ ਕਰ ਲਿਆ ਜੀ ਅਤੇ ਅਗਲੀ ਤਫਤੀਸ਼ ਚੱਲ ਰਹੀ ਹੈ। ਜਿਹੜੇ ਹੈਗੇ ਸ਼ਰਾਬ ਵਾਲੇ ਬੰਦੇ ਕੋਲ ਪਕੜੇ ਗਏ? ਹਾਂਜੀ ਹਾਂਜੀ, ਇੱਕ ਦੋਸ਼ੀ ਗ੍ਰਿਫਤਾਰ ਹੈ, ਬਾਕੀ ਦੋਸ਼ੀਆਂ ਦੀ ਪਾਲ ਜਾ ਰਹੀ ਹੈ। ਇਹ ਤਾਰੀਖ 14 ਚ ਅਸੀਂ ਐਕਸਾਈਜ਼ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਹੈ। ਕਿੰਨੇ ਦੋਸ਼ੀ ਹੈ ਜੀ ਟੋਟਲ ਇਸ ਮਾਮਲੇ? ਇਹਦੇ ਵਿੱਚ ਜੀ ਤਿੰਨ ਬਾਈ ਨੇ, ਦੋ ਅਲੋਨ ਦੋ ਆਪਾਂ ਇੱਕ ਬਰਾਮਦ ਹੈ ਤੇ ਇੱਕ ਆਪਾਂ ਗ੍ਰਿਫਤਾਰ ਕਰ ਲਿਆ ਤੇ ਦੋ ਉਸ ਤੋਂ ਮੌਕੇ ਤੇ ਚੱਲ ਭੱਜ ਗਏ ਸੀ। ਹਾਂਜੀ, ਦੋ ਮੌਕੇ ਤੋਂ ਫਰਾਰ ਹੋ ਗਏ। ਅੱਛਾ ਅੱਛਾ, ਕਿੱਥੋਂ ਲੈ ਗਏ ਜੀ ਨਾਲ? ਇਹ ਜੀ ਚੰਡੀਗੜ੍ਹ ਦੀ ਮਾਲਕਾ ਸੀ, ਗੱਡੀ ਦੀ ਸੀਗੀ, ਪੁੱਛਗਿੱਛ ਕਰ ਰਹੇ, ਫਰਦਰ ਜੋ ਪੁੱਛਗਿੱਛ ਚਾਹੀਏਗਾ ਉਹ। ਥੈਂਕ